भारतीय किसान यूनियन ने सरकार के खिलाफ जमकर नारेबाजी की और सरकार को कहा कि वो 1984 की हरकतों के लिए माफी मांगे और हर धर्म के लोगों को आजादी से जीने दे। ये देश सारे धर्मों का देश है। इस मौके पर किसानों ने काले कानून वापस लिए जाने की मांग भी की। ਮੈਂ ਡਾਕਟਰ ਸ਼ੁਭ ਭਰਤੀ ਆ। ਮੈਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਸੂਬਾ ਪ੍ਰੈਸ ਸਕੱਤਰ ਹਾਂ। ਅੱਜ ਦੀਆਂ ਮੰਗਾਂ ਸਾਡੀਆਂ ਨਰੋਲ, ਅਸੀਂ ਇਸ ਮਸਲੇ ਦੇ ਉੱਤੇ ਪ੍ਰੋਗਰਾਮ ਕਰ ਰਹੇ ਹਾਂ। ਸਾਡੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਲੋਕ ਸੰਗਰਾਮ ਮੋਰਚਾ ਵੱਲੋਂ ਇਹ ਸਾਂਝਾ ਸੱਦਾ ਆ ਕਿ ਅੱਜ 6 ਜੂਨ ਜਿਹੜਾ 37 ਸਾਲ ਹੋ ਗਏ ਆ ਦਰਬਾਰ ਸਾਹਿਬ ਦੇ ਉੱਤੇ ਹਮਲੇ ਹੋਏ ਨੇ। ਇਹਨਾਂ 37 ਸਾਲਾਂ ਦੇ ਵਿੱਚ ਬਹੁਤ ਕੁਝ ਵਾਪਰ ਚੁੱਕਾ ਹੈ। ਇੱਥੋਂ ਦੀ ਕੇਂਦਰ ਸਰਕਾਰ ਇੰਨੀ ਢੀਠ ਹੈ, ਇਹਨੇ ਅਹਿਸਾਸ ਤੱਕ ਨਹੀਂ ਕੀਤਾ ਵੀ ਉਹ ਹਮਲਾ ਗਲਤ ਸੀ। ਅਸੀਂ ਕਹਿੰਦੇ ਹਾਂ ਉਸ ਹਮਲੇ ਦੀ ਕੇਂਦਰ ਸਰਕਾਰ ਜਿਹੜੀ ਹੈ ਉਹ ਮੁਆਫ਼ੀ ਮੰਗੇ। ਅੱਜ ਕਾਂਗਰਸ ਦੇ ਨਾਲੋਂ ਵੀ ਵੱਧ ਖਤਰਨਾਕ ਹਾਲਾਤ ਇਸ ਕਰਕੇ ਹਿੰਦੁਸਤਾਨ 'ਚ ਪੈਦਾ ਹੋ ਗਏ ਆ ਕਿ ਭਾਜਪਾ ਦੀ ਫਾਸ਼ੀਵਾਦੀ ਮੋਦੀ ਸਰਕਾਰ ਜਿਹਨੂੰ ਪਿੱਛੋਂ RSS ਚਲਾਉਂਦੀ ਆ ਉਹਦੇ ਹੋਂਦ ਵਿੱਚ ਆ ਚੁੱਕੀ ਹੈ। ਉਹਦੇ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਸਮੁੱਚੇ ਭਾਰਤ ਦੀਆਂ ਧਾਰਮਿਕ ਘੱਟ ਗਿਣਤੀਆਂ, ਮੁਸਲਮਾਨ ਭਾਈਚਾਰੇ ਨੂੰ ਉਹਨਾਂ ਨੇ ਪਹਿਲੇ ਨੰਬਰ 'ਤੇ ਰੱਖਿਆ, ਈਸਾਈਆਂ ਨੂੰ ਦੂਜੇ ਨੰਬਰ 'ਤੇ ਰੱਖਿਆ, ਸਿੱਖਾਂ ਨੂੰ ਤੀਜੇ ਨੰਬਰ 'ਤੇ ਰੱਖਿਆ ਅਤੇ ਦਲਿਤ ਆਦਿਵਾਸੀ ਜਿਹੜੇ ਉਹ ਲਗਾਤਾਰ ਉਹਨਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਆ। ਸਾਡਾ ਇਹ ਕਹਿਣਾ ਆ ਕਿ ਇਹ ਭਾਰਤ ਜਿਹੜਾ ਇਹ ਸਰਬ ਕੌਮੀ, ਬਹੁ ਧਰਮੀ ਅਤੇ ਬਹੁ ਜਿਹੜਾ ਉਹਦਾ ਸੱਭਿਆਚਾਰ ਹੈ, ਬਹੁਤ ਕਿਸਮ ਦੇ ਵਖਰੇਵੇਂ ਵਾਲਾ ਦੇਸ਼ ਹੈ। ਇਸ ਕਰਕੇ ਇਸ ਭਾਰਤ ਨੂੰ ਭਾਰਤ ਰਹਿਣ ਦਿੱਤਾ ਜਾਏ, ਉਹਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਨਾਂ ਦੇ ਉੱਤੇ ਉਹਦੇ ਟੁਕੜੇ ਨਾ ਕੀਤੇ ਜਾਣ। ਇਹ ਸਰਕਾਰ ਲਗਾਤਾਰ ਪਹਿਲਾਂ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਕੇਂਦਰ ਸਰਕਾਰ ਨੇ, ਉਸ ਵੇਲੇ ਬਹੁਤ ਸਾਰੇ ਹੋਰ ਤਰੀਕੇ ਲੱਭੇ ਜਾ ਸਕਦੇ ਸੀ। ਮੁੜ ਕੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ, ਬਾਰਾਬਾਂਕੀ ਦੀ ਮਸਜਿਦਾਂ ਸ਼ਹੀਦ ਕੀਤੀਆਂ। ਹੁਣ ਜਿਹੜਾ ਮੋਦੀ ਹਾਕਮ ਦਿੱਲੀ ਦੇ ਵਿੱਚ ਸੈਂਟਰਲ ਵਿਸਟਾ ਬਣਾਉਣਾ ਚਾਹੁੰਦਾ, ਜਿਹੜਾ ਕਹਿੰਦਾ ਵੀ ਮੇਰੇ ਸੁਪਨਿਆਂ ਦਾ ਮਹੱਲ ਬਣਨਾ ਹੈ, ਜਿਹੜਾ ਇਹ ਕਹਿੰਦਾ ਸੀ ਮੈਂ ਸੰਨਿਆਸੀ ਹਾਂ, ਦੋਤੀ ਪਹਿਨ ਕੇ ਆਇਆ ਹਾਂ, ਦੋਤੀ ਪਹਿਨ ਕੇ ਚਲਾ ਜਾਊਂਗਾ। ਸੁਖਵਿੰਦਰ ਸਿੰਘ ਹੈ ਜੀ। ਅੱਜ ਦਾ ਮੇਨ ਮੁੱਦਾ ਇਹੋ ਹੀ ਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਜਿਹੜੀ ਆ ਕੋਈ ਵੀ ਹੋਏ ਉਹ ਜਿਹੜੀ ਆ ਘੱਟ ਗਿਣਤੀਆਂ ਨਾਲ ਜਿਹੜਾ ਉਹ ਧੱਕਾ ਕਰਦੇ ਆ। ਅੱਜ ਦਾ ਸਾਡਾ ਮੇਨ ਜਿਹੜਾ ਹੈਗਾ ਪ੍ਰੋਗਰਾਮ ਉਹ ਇਹ ਆ ਕਿ ਜਿਹੜਾ ਦਰਬਾਰ ਸਾਹਿਬ 'ਤੇ 84 ਦੇ ਦੰਗੇ ਹੋਏ ਆ ਉਹਦੇ ਵਿਰੋਧ ਦੇ ਵਿੱਚ ਸਾਰੇ ਜਿਹੜੇ ਆ ਸੰਯੁਕਤ ਮੋਰਚੇ ਵੱਲੋਂ ਅਤੇ ਸਾਡੇ ਵੱਲੋਂ ਇਹ ਮੰਗ ਆ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਮਾਫ਼ੀ ਮੰਗੇ। ਅਤੇ ਇਹਦੇ ਨਾਲ ਕੀ ਆ ਜੇ ਗਲਤੀ ਕੀਤੀ ਆ ਤਾਂ ਉਹਦੀ ਮਾਫ਼ੀ ਮੰਗਣੀ ਚਾਹੀਦੀ ਆ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਘੱਟ ਗਿਣਤੀਆਂ ਜਿਹੜੀਆਂ ਉਹ ਸਾਡੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਭਾਰਤ ਧਰਮ ਨਿਰਪੱਖ ਕਹਿੰਦੇ ਨੇ, ਅਸਲੀ ਕਾਗਜ਼ਾਂ ਦੇ ਵਿੱਚ ਇਹ ਹੋ ਗਿਆ ਅਸਲੀ ਤੌਰ 'ਤੇ ਹੋਵੇ ਅਤੇ ਸਾਡੇ ਜਿਹੜੇ ਸਾਰੇ ਭੈਣ ਭਰਾ ਵਾ ਸਿੱਖ ਈਸਾਈ ਸਾਰੇ ਜਿਹੜੇ ਆ ਉਹ ਚੰਗੀ ਤਰ੍ਹਾਂ ਆਪਣਾ ਜੀਵਨ ਜਿਹੜਾ ਵਾ ਉਹ ਬਸਰ ਕਰਨ। ਅੱਜ ਮੇਨ ਇਹ ਗੱਲ ਜਿਹੜੀ ਆ ਇਹੋ ਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਐਨ ਸਟਾਰ ਨਿਊਜ਼ ਕੇ ਲਈ ਕਾਦੀਆਂ ਸੇ ਮੁਨੀਰਾ ਸਲਾਮ।